ਦਿੱਲੀ ਦਾ ਮੋਰਚਾ ਫਤਿਹ ਕਰਕੇ ਬਠਿੰਡਾ ਪਹੁੰਚੇ ਕਿਸਾਨਾਂ ਦਾ ਕੀਤਾ ਗਿਆ ਭਰਵਾਂ ਸਵਾਗਤ, ਕੀਤੀ ਗਈ ਫੁੱਲਾਂ ਦੀ ਵਰਖਾ ਅਤੇ ਪਾਏ ਗਏ ਗਲਾਂ ਦੇ ਵਿੱਚ ਹਾਰ। ਦੱਸ ਦਈਏ ਕਿ 1 ਸਾਲ 13 ਦਿਨਾਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਦਾ ਮੋਰਚਾ ਫਤਿਹ ਕੀਤਾ ਗਿਆ ਅਤੇ ਉਹਨਾਂ ਵੱਲੋਂ ਦਿੱਲੀ ਦਾ ਮੋਰਚਾ ਫਤਿਹ ਕਰਨ ਤੋਂ ਬਾਅਦ ਜਦੋਂ ਆਪਣੇ ਘਰਾਂ ਨੂੰ ਪਰਤਣ ਲੱਗੇ ਤਾਂ ਜਗ੍ਹਾ ਜਗ੍ਹਾ 'ਤੇ ਉਹਨਾਂ ਦੇ ਲਈ ਚਾਹ ਪਾਣੀ ਦੇ ਲੰਗਰ ਲਗਾਏ ਗਏ ਸਨ। ਜਗ੍ਹਾ ਜਗ੍ਹਾ 'ਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਇਸੇ ਤਰ੍ਹਾਂ ਅੱਜ ਬਠਿੰਡਾ ਦੇ ਭਾਈ ਘਨੱਈਆ ਚੌਂਕ ਵਿਖੇ ਵੀ ਕਿਸਾਨਾਂ ਦੇ ਲਈ ਸਵਾਗਤ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਇਹਨਾਂ ਵੱਲੋਂ ਹਾਰ ਇਹਨਾਂ ਦੇ ਗਲ ਦੇ ਵਿੱਚ ਪਾਉਣ ਲਈ ਇੱਥੇ ਲੋਕ ਖੜ੍ਹੇ ਨੇ। ਲੋਕਾਂ ਵੱਲੋਂ ਬੜੀ ਉਤਸੁਕਤਾ ਦੇ ਨਾਲ ਇਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਇੱਥੇ ਕਿਸੇ ਤਰ੍ਹਾਂ ਆਪਣਾ ਨੱਚ ਕੁੱਦ ਕੇ ਭੰਗੜੇ ਪਾਏ ਜਾ ਰਹੇ ਨੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ। ਇੱਥੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਅਤੇ ਕਿਸਾਨਾਂ ਦਾ ਸਵਾਗਤ ਬੜੇ ਵੀ ਵਧੀਆ ਤਰੀਕੇ ਦੇ ਨਾਲ ਇੱਥੇ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਘਨੱਈਆ ਚੌਂਕ ਦੀਆਂ ਜਿੱਥੇ ਨੱਚ ਕੁੱਦ ਕੇ ਇਹਨਾਂ ਕਿਸਾਨਾਂ ਦਾ ਸਵਾਗਤ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਇਹ ਉਹ ਕਿਸਾਨ ਹੈ ਜੋ 1 ਸਾਲ 14 ਦਿਨਾਂ ਬਾਅਦ ਅੱਜ ਵਾਪਸ ਆਪਣੇ ਘਰ ਆ ਰਹੇ। ਉਸ ਦਿਨ ਦਾ ਇਹ ਇੱਥੇ ਦਿੱਲੀ ਮੋਰਚੇ ਦੇ ਵਿੱਚ ਸੀ ਅਤੇ ਇਹ ਮੋਰਚਾ ਫਤਿਹ ਕਰਕੇ ਹੀ ਵਾਪਸ ਆਇਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਭਾਈ ਘਨੱਈਆ ਚੌਂਕ ਦੀਆਂ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਨੇ ਅਤੇ ਇਹਨਾਂ ਦਾ ਸਵਾਗਤ ਕਰਨ ਦੇ ਲਈ ਬੜੀ ਉਤਸੁਕਤਾ ਦੇ ਨਾਲ ਉਡੀਕ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਜਿੱਥੇ ਅੱਜ ਮੋਰਚਾ ਫਤਿਹ ਕਰਕੇ ਕਿਸਾਨ ਵਾਪਸ ਆ ਰਹੇ ਨੇ ਅਤੇ ਉਹਨਾਂ ਦੀ ਉਡੀਕ ਦੇ ਬੜੀ ਸ਼ਿੱਦਤ ਦੇ ਨਾਲ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਇੱਥੇ ਆਸੇ ਪਾਸੇ ਲੋਕ ਇੱਥੇ ਇਕੱਠੇ ਹੋਏ, ਕਿਸਾਨ ਬੀਬੀਆਂ ਇਕੱਠੀਆਂ ਹੋਈਆਂ ਅਤੇ ਇੱਥੇ ਲੋਕਾਂ ਵੱਲੋਂ ਜਿਸ ਤਰ੍ਹਾਂ ਫੁੱਲਾਂ ਦੀ ਵਰਖਾ ਕੀਤੀ ਗਈ, ਭੰਗੜੇ ਪਾਏ ਗਏ, ਬੀਬੀਆਂ ਵੱਲੋਂ ਵੀ ਆਪਣਾ ਗਿੱਧਾ ਪਾਇਆ ਗਿਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਇੱਥੇ ਬੜੀ ਉਤਸੁਕਤਾ ਦੇ ਨਾਲ ਇਹਨਾਂ ਦੀ ਕੀ ਕਹਿਣਾ ਚਾਹੋਗੇ? ਜਿੱਤ ਕੇ ਆਇਆ ਵੀਰ, ਧੰਨਵਾਦ ਉਹਦਾ। ਇੰਨਾ ਕੁ ਬੋਲ ਸਕਦੇ ਤਾਂ ਆਪ ਚੜਿਆ ਹੋਇਆ ਮੈਨੂੰ ਇੱਕ ਨਾਲ ਆ ਗਈ ਮੈਂ, ਬਹੁਤ ਧੰਨਵਾਦ। ਸਵਾਗਤ ਹੋ ਰਿਹਾ ਕਿ ਸਵਾਗਤ ਹੋ ਗਿਆ ਸਾਰੇ ਸੁੱਖ ਸਾਧ ਨਾਲ ਮੁੜਿਆ ਏ, ਹੈ ਨਾ, ਸੁੱਖ ਸਾਧ ਨਾਲ ਮੁੜਿਆ ਏ। ਚੱਲ ਵਧੀਆ ਗਏ ਸੀਗੇ ਆਪਦਾ, ਆਪ ਵੀ ਅਸੀਂ ਤਾਂ 2 ਵਾਰੀ ਜਾ ਆਏ ਉੱਥੇ, ਤਾਂ 10-12 ਦਿਨ ਲਾਇਆ ਏ। ਕਿੰਨੀ ਖੁਸ਼ੀ ਆ ਮਾਤਾ ਜੀ? ਬਹੁਤ ਖੁਸ਼ੀ ਆ ਵੀਰੇ, ਆਪਦੇ ਪੁੱਤ ਧੀਆਂ ਤੂੰ ਸਾਰੇ ਮੁੜਿਆ ਏ ਸੁੱਖ ਸਾਧ ਨਾਲ, ਅਤੇ ਆਪ ਨੂੰ ਡਰ ਲੱਗਦਾ ਸੀ ਵੀ ਸੁੱਖ ਸਾਧ ਨਾਲ ਮੁੜਿਆ ਨੂੰ ਖਬਰ ਕੀ ਹੋਊਗਾ, ਹੈ ਨਾ। ਚੱਲ ਬਸ ਜੀ, ਇੰਨੀ ਕੁ ਬਹੁਤ ਧੰਨਵਾਦ। ਮੈਂ ਪ੍ਰਧਾਨ ਰਾਜਵਿੰਦਰ ਕੌਰ ਮਹਿਮਾ ਸਵਾਈ ਦੀ ਹਾਂ ਜੀ। ਅੱਜ ਸਵਾਗਤ ਕੀਤਾ ਜਾ ਰਿਹਾ ਦਿੱਲੀ ਤੋਂ ਜਿਹੜੇ ਕਿਸਾਨ ਆ ਰਹੇ, ਉਹਨਾਂ ਬਾਰੇ ਕੀ ਕਹਿਣਾ? ਸਾਡੇ ਜਿਹੜੇ ਕਿਸਾਨ ਵੀਰ ਆ ਜੀ, ਮੋਰਚਾ ਜਿੱਤ ਕੇ ਆ ਰਹੇ ਆ, ਅੱਜ ਅਸੀਂ ਇੱਥੇ ਤਾਂ ਉਹਨਾਂ ਦੀ ਖੁਸ਼ੀ ਜਸ਼ਨ ਮਨਾ ਰਹੇ ਹਾਂ। ਜਿਹੜਾ ਵੀ ਮੋਦੀ ਦੀ ਧੌਣ 'ਚ ਕਿੱਲਾ ਸੀਗਾ ਉਹ ਕਿਸਾਨਾਂ ਨੇ ਕੱਢ ਦਿੱਤਾ, ਜਿਹੜਾ ਉਹ ਕਹਿੰਦਾ ਸੀਗਾ ਵੀ ਇਹ ਤਾਂ ਅੱਤਵਾਦੀ ਆ, ਹੁਣ ਅਸੀਂ ਚੰਗੇ ਅੱਤਵਾਦੀ ਬਣ ਕੇ ਹੀ ਦਿਖਾਇਆ। ਆਪਾਂ ਗੱਲ ਕਰੀਏ ਅੱਗੇ ਕਿਹੋ ਜਿਹਾ ਮਾਹੌਲ ਹੋਊਗਾ? ਅੱਗੇ ਮਾਹੌਲ ਜੀ ਬਹੁਤ ਵਧੀਆ ਹੋਊਗਾ, ਅੱਜ ਪੂਰੀ ਖੁਸ਼ੀ ਜਾ ਰਹਾ ਲੋਕਾਂ 'ਚ। ਕਿਸਾਨ ਆ ਜਿਹੜੇ ਉਹ ਖੁਸ਼ੀ 'ਚ ਪੂਰੇ ਫੁੱਲੇ ਨਹੀਂ ਸਮਾ ਰਹੇ, ਇਸ ਕਰਕੇ ਅੱਜ ਪੂਰੇ ਜਸ਼ਨ ਮਨਾਏ ਜਾ ਰਹੇ ਆ ਬਠਿੰਡਾ ਦੇ ਵਿੱਚ।
ਮੇਰਾ ਨਾਮ ਹੈ ਜੀ ਹਰਪ੍ਰੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਬਿਲੋਂਗ ਕਰਦਾ। ਅੱਜ ਦਾ ਜਿਹੜਾ ਇਕੱਠ ਹੈ ਜਸ਼ਨਾਂ ਨੂੰ ਮਨਾਉਣ ਦਾ ਇਕੱਠ ਹੈ। ਹਰੇਕ ਪੰਜਾਬ 'ਚ, ਹਰੇਕ ਭਾਰਤ ਵੰਸ਼ 'ਚ, ਜ਼ਿਲ੍ਹਾ ਜ਼ਿਲ੍ਹਾ, ਕਸਬਾ ਕਸਬਾ, ਪਿੰਡ ਪਿੰਡ ਇਹ ਜਿਹੜਾ ਜਸ਼ਨ ਦਾ ਮਾਹੌਲ ਹੈ ਉਹ ਚੱਲ ਰਿਹਾ, ਕਿਉਂਕਿ ਸਾਡੇ ਕਿਸਾਨ ਆਗੂ ਹੈ ਜਿਹੜੇ, ਸਾਡੇ ਕਿਸਾਨ ਵੀਰ ਹੈ, ਉਹ ਲੰਮੀਆਂ ਸ਼ਹਾਦਤਾਂ ਦੇਣ ਤੋਂ ਬਾਅਦ, ਇੱਕ ਸਾਲ ਦਾ ਅੰਦੋਲਨ ਲੜਨ ਤੋਂ ਬਾਅਦ ਅੱਜ ਜਿੱਤ ਕੇ ਅੰਦੋਲਨ ਫਤਿਹ ਕਰਕੇ ਜਦੋਂ ਪੰਜਾਬ 'ਚ ਵੜੇ ਆ ਤਾਂ ਸਾਡੇ ਲਈ ਖੁਸ਼ੀ ਦੀ ਕੋਈ ਸੀਮਾ ਨਹੀਂ ਰਹਿ ਜਾਂਦੀ। ਤਾਂ ਪਿੰਡ ਪਿੰਡ ਇਹ ਜਿਹੜਾ ਜਸ਼ਨ ਦਾ ਮਾਹੌਲ ਹੈ, ਭਾਈ ਘਨੱਈਆ ਚੌਂਕ ਜ਼ਿਲ੍ਹਾ ਬਠਿੰਡਾ 'ਚ ਪਟਾਕੇ ਚਲਾ ਕੇ, ਮਠਿਆਈਆਂ ਵੰਡ ਕੇ, ਫੁੱਲਾਂ ਦੀਆਂ ਵਰਕਾਂ ਕਰਕੇ ਜਿਹੜਾ ਅੰਦੋਲਨ ਦਾ, ਫਤਿਹ ਦਾ ਅਸੀਂ ਜਸ਼ਨ ਮਨਾਇਆ ਜੀ। ਜੇ ਆਪਾਂ ਗੱਲ ਕਰੀਏ ਇਸ ਸਮੇਂ ਕਿੰਨੇ ਕਿਸਾਨ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਬਠਿੰਡਾ? ਇੱਥੇ ਤਕਰੀਬਨ 300 ਤੋਂ 350 ਟਰਾਲੀਆਂ ਜਿਹੜੀਆਂ ਇੱਥੋਂ ਅੱਗੇ ਫਰੀਦਕੋਟ ਜਾਂ ਆਸੇ ਪਾਸੇ ਦੇ ਪਿੰਡ ਜਾਂ ਫਿਰੋਜ਼ਪੁਰ ਤੱਕ ਦੀਆਂ ਜਿਹੜੀਆਂ ਟਰਾਲੀਆਂ ਉਹ ਭਾਈ ਘਨੱਈਆ ਚੌਂਕ ਵਾਇਆ ਬਠਿੰਡਾ ਹੋ ਕੇ ਜਾਣਗੀਆਂ। ਤਾਂ ਸਾਰਿਆਂ ਨੂੰ ਰੋਕ ਕੇ ਫੁੱਲਾਂ ਦੀ ਵਰਖਾ ਕਰਕੇ, ਦੁੱਧ ਪਾਣੀ ਛਕਾ ਕੇ ਅਸੀਂ ਅੰਦੋਲਨ ਹੈ ਜਿਹੜਾ ਉਹਨੂੰ ਸਮਾਪਤ ਕੀਤਾ। ਤਾਂ ਇਹੋ ਜਿਹੇ ਅੰਦੋਲਨ ਪੰਜਾਬ 'ਚ ਹੋਰ ਵੀ ਖੜ੍ਹੇ ਹੋਣਗੇ ਤਾਂ ਸਾਡਾ ਜਜ਼ਬਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੋਂ ਦਾ ਨੌਜਵਾਨ ਤਤਪਰ ਹੈ ਆਪਦੇ ਹੱਕ ਲੈਣ ਲਈ। 1 ਸਾਲ 14 ਦਿਨ ਜਿਹੜਾ ਅੰਦੋਲਨ ਚੱਲਿਆ ਉਹਦੇ 'ਚ ਕਈ ਉਤਾਰ ਚੜ੍ਹਾਅ ਆਏ ਨੇ, ਉਹਨੂੰ ਤੁਸੀਂ ਹੁਣ ਕਿਸ ਤਰ੍ਹਾਂ ਵੇਖੋ? ਬਿਲਕੁਲ ਜੀ, ਅੰਦੋਲਨ ਦੌਰਾਨ ਸਾਨੂੰ ਦੁੱਖ ਹੈ, ਸਾਡੇ 700 ਤੋਂ ਵੱਧ ਕਿਸਾਨ ਹੈ ਜਿਹੜੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ, ਪਰ ਉਹਨਾਂ ਦੀਆਂ ਸ਼ਹੀਦੀਆਂ ਜਾਇਆ ਨਹੀਂ ਜਾਣਗੀਆਂ। ਪੰਜਾਬ ਦੀ ਆਬੋ ਹਵਾ ਬਦਲੀ ਹੈ, ਪੰਜਾਬ ਦਾ ਸਿਆਸੀ ਰੰਗ ਬਦਲੂਗਾ, ਪੰਜਾਬ ਦੇ ਲੋਕ ਹੈ ਜਿਹੜੇ ਸੁਚੇਤ ਹੋਣਗੇ, ਆਪਦੇ ਹੱਕ ਲੈਣਾ ਜਾਣਨਗੇ। ਉਤਾਰ ਚੜ੍ਹਾਈ ਤੋਂ ਵੱਡਾ ਅੰਦੋਲਨ ਹੁੰਦਾ, ਹੁੰਦੇ ਹੀ ਹੁੰਦੇ ਹੈ। ਦੁੱਖ ਹੈ ਉਹਨਾਂ ਦੀਆਂ ਸ਼ਹਾਦਤਾਂ ਦਾ, ਅਤੇ ਜਿਹੜੀ ਖੁਸ਼ੀ ਹੈ ਅੱਜ ਦੀ ਜਿੱਤ ਦੀ। ਜੇਕਰ ਆਪਾਂ ਗੱਲ ਕਰੀਏ ਹੁਣ ਹਾਲੇ ਵੀ ਜਿਹੜੀ ਸਰਕਾਰਾਂ ਨੇ ਚੁੱਪ ਨਹੀਂ ਬੈਠਣਗੀਆਂ ਕਿਸਾਨਾਂ ਦੇ ਕੋਈ ਨਾ ਕੋਈ ਖਿਲਾਫ ਜਿਹੜੇ ਕਾਨੂੰਨ ਬਣਾਉਣਗੀਆਂ? ਬਿਲਕੁਲ ਜੀ, ਸਰਕਾਰਾਂ ਕਿਰਤ ਕਰਦੀਆਂ ਧਿਰਾਂ ਨੂੰ ਦੱਬਣ ਲਈ ਬਹੁਤ ਸਾਰੇ ਜਿਹੜੀਆਂ ਚਾਲਾਂ ਉਹ ਚੱਲਦੀਆਂ ਹੁੰਦੀਆਂ। ਸਾਨੂੰ ਇਹ ਵੀ ਪਤਾ ਕਿ ਮੋਦੀ ਸਰਕਾਰ ਹੈ ਜਿਹੜੀ MSP ਦੇ ਮੁੱਦੇ 'ਤੇ ਐਡੀ ਸੌਖੀ ਨਹੀਂ ਮੰਨੂਗੀ, ਪਰ ਸਾਨੂੰ ਆਪਦੇ ਡੌਲਿਆਂ 'ਤੇ ਦਮ ਹੈ, ਸਾਨੂੰ ਆਪਦੀ ਯੂਥ 'ਤੇ ਮਾਣ ਹੈ, ਸਾਡੇ ਬਜ਼ੁਰਗਾਂ 'ਤੇ ਮਾਣ ਹੈ। ਜਦੋਂ ਵੀ ਸੰਯੁਕਤ ਮੋਰਚਾ ਪੰਜਾਬ ਦੇ ਪੱਧਰ 'ਤੇ ਕੋਈ ਕਾਲ ਦੇਊਗਾ ਅਸੀਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ, ਕਿਉਂਕਿ ਜੇ ਉਹੋ ਜਿਹਾ ਬੰਦਾ ਜਿਹਦੀ ਧੌਣ 'ਚੋਂ ਕਿੱਲਾ ਕੱਢਿਆ ਨਹੀਂ ਸੀਗਾ, ਉਹਦੀ ਧੌਣ 'ਚੋਂ ਕਿੱਲਾ ਕੱਢਣ ਵਾਲੇ ਇਕੱਲੇ ਪੰਜਾਬ ਦੇ ਯੋਧੇ ਹੈ, ਭਾਰਤ ਦੇ ਯੋਧੇ ਹੈ, ਤਾਂ ਕਿਸਾਨ ਦੁਬਾਰੇ ਵੀ ਇਕੱਠਾ ਹੋ ਜੂ। ਪੰਜਾਬ ਸਰਕਾਰ ਜੋ ਇਸ ਸਮੇਂ ਪੰਜਾਬ ਦਾ ਮਾਹੌਲ ਬਣਾ ਰਿਹਾ, ਤੁਸੀਂ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ? ਅੱਗੇ ਆਉਣ ਵਾਲੇ ਕਿਸਾਨ ਜਿਹੜੇ ਪੰਜਾਬ ਦੇ ਨੂੰ ਕਿਸ ਤਰ੍ਹਾਂ ਦੇਖਣਗੇ? ਬਿਲਕੁਲ ਜੀ, ਦਿੱਲੀ ਤੋਂ ਜਦੋਂ ਅਸੀਂ ਵਾਪਸ ਆਏ ਹਾਂ ਤਾਂ ਪੰਜਾਬ ਇੱਕ ਨਵੀਂ ਰੰਗਤ 'ਚ ਵਾਪਸ ਆਇਆ, ਪੰਜਾਬ ਦੀ ਆਬੋ ਹਵਾ ਬਦਲੀ ਹੈ, ਇੱਕ ਬਦਲਾਅ ਨਹੀਂ ਹੋਊਗਾ, ਬਹੁਤ ਸਾਰੇ ਬਦਲਾਅ ਆਉਣਗੇ। ਜਿਹੜੀਆਂ ਸਾਡੀਆਂ ਆਪਸੀ ਘਰੇਲੂ ਝਗੜੇ ਸੀ ਉਹ ਸਮਾਪਤ ਹੋਣਗੇ, ਸਿਆਸੀ ਆਗੂਆਂ ਨੂੰ ਜਿੱਥੇ ਲੱਡੂ ਵੰਡੇ ਜਾਂਦੇ ਸੀ, ਉਹਨਾਂ ਦੇ ਹਾਰ ਪਾਏ ਜਾਂਦੇ ਸੀਗੇ, ਉਹਨਾਂ ਤੋਂ ਖੜ੍ਹ ਕੇ ਜਵਾਬ ਲਏ ਜਾਣਗੇ, ਤਾਂ ਪੰਜਾਬ ਨਵੀਂ ਪੌੜੀ ਚੜ੍ਹਨ ਲੱਗਿਆ, ਧੋਤੇ ਮੂੰਹ ਵਾਲਾ ਪੰਜਾਬ ਵਾਪਸ ਲੈ ਕੇ ਆਏ ਆ ਦਿੱਲੀ। ਪੰਜਾਬ ਸਰਕਾਰ ਦੇ ਆਪਾਂ ਗੱਲ ਕਰੀਏ, ਇਲੈਕਸ਼ਨ ਆਉਣ ਵਾਲੇ ਨੇ, ਹੁਣ ਪਿੰਡਾਂ ਦੇ ਵਿੱਚ ਫੇਰ ਆਉਣਗੇ ਵੋਟਾਂ ਮੰਗਣ ਲਈ, ਫੇਰ ਘੇਰੇ ਜਾਣਗੇ ਜਾਂ ਹੁਣ ਸਮਾਪਤ ਕਰ? ਬਿਲਕੁਲ ਜੀ, ਇੱਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਸ਼ੇਰ ਹੁੰਦਾ ਉਹ ਜੰਗਲ 'ਚ ਇੱਕ ਕੋਨੇ 'ਚੋਂ ਦਹਾੜ ਮਾਰਦਾ, ਗਿੱਦੜਾਂ ਬਿੱਲੀਆਂ ਸਾਰਿਆਂ ਨੂੰ ਸੌਂਦੀਆਂ, ਤੋਂ ਦਿੱਲੀ ਦੀਆਂ ਦਹਾੜਾਂ ਇਹਨਾਂ ਨੂੰ ਸੁਣੀਆਂ ਹੋਈਆਂ, ਸਾਨੂੰ ਇਕੱਲੇ ਇਕੱਲੇ ਕੋਲੇ ਜਾ ਕੇ ਦਹਾੜ ਮਾਰਨ ਦੀ ਲੋੜ ਨਹੀਂ ਗੀ। ਜਦੋਂ ਵੀ ਪਿੰਡ ਆਉਣਗੇ ਸਵਾਲ ਜਵਾਬ ਹੋਣਗੇ, ਐਕਟੀ ਨਿੱਤਰੂ ਵੜੇਵੇਂ ਖਾਣ। ਮੇਰਾ ਨਾਮ ਰਣਜੀਤ ਸਿੰਘ, ਭਾਰਤੀ ਕਿਸਾਨ ਯੂਨੀ ਏਕਤਾ ਸਿੱਧੂਪੁਰ, ਜ਼ਿਲ੍ਹਾ ਪ੍ਰੈਸ ਸਕੱਤਰ BKU ਸਿੱਧੂਪੁਰ। ਅਸੀਂ ਦਿੱਲੀ ਜਿੱਤ ਕੇ ਆਏ, ਦਿੱਲੀ ਬਹੁਤ ਔਖੀ ਜਿੱਤੀ ਆ, ਕੋਈ ਮਾੜੀ ਮੋਟੀ ਗੱਲ ਨਹੀਂ। ਆਹ ਸਾਡੀਆਂ ਬੀਬੀਆਂ ਭੈਣਾਂ ਅਤੇ ਬੱਚਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ 1 ਸਾਲ ਹੋ ਗਿਆ ਦਿੱਲੀ ਬੈਠਿਆਂ ਨੂੰ, ਅਤੇ ਉੱਥੇ ਜਿੰਨੇ ਵੀ ਸਰਕਾਰ ਨੇ ਹੱਥ ਕੰਡੇ ਸਾਡੇ ਨਾਲ ਵਰਤੇ ਆ, ਜਿੰਨੀਆਂ ਸਾਨੂੰ ਮੁਸ਼ਕਲਾਂ ਆਈਆਂ, 750-800 ਦੇ ਕਿਸਾਨ ਸ਼ਹੀਦ ਹੋ ਗਏ ਆ, ਬਹੁਤ ਮੁਸ਼ਕਲਾਂ 'ਚ ਜਾ ਕੇ ਅਸੀਂ ਇਹ ਸੰਘਰਸ਼ ਜਿੱਤਿਆ, ਜਿਹੜਾ ਕਿ ਮੋਦੀ ਦੇ ਗੋਡੇ ਟੇਕੇ ਆ, ਮੋਦੀ ਨੇ ਕਿਸਾਨਾਂ ਦੇ ਮੂਹਰੇ ਸਾਡੇ ਬੀਬੀਆਂ ਦਾ ਸੰਘਰਸ਼ ਅਤੇ ਸਾਡੇ ਬੱਚਿਆਂ ਦਾ ਅਤੇ ਸਾਡੇ ਮਾਤਾ ਪਿਤਾ ਦਾ, ਸਾਡੇ ਬਜ਼ੁਰਗਾਂ ਦਾ ਅਤੇ ਸਾਡੇ ਨੌਜਵਾਨਾਂ ਦਾ ਅਸੀਂ ਧੰਨਵਾਦੀ ਹਾਂ। ਬਹੁਤ ਹੀ ਔਖਾ ਜਿਹੜਾ ਸੰਘਰਸ਼ ਸੀਗਾ, ਬਹੁਤ ਚਿਰਾਂ ਦੇ ਅਸੀਂ ਕਹੀ ਜਾਂਦੇ ਕਿਸਾਨਾਂ ਨੂੰ ਵੀ ਤੁਹਾਡੇ 'ਤੇ ਮੁਸੀਬਤ ਪੈਣ ਵਾਲੀ ਹੈ, ਪਰ ਇਹ ਕਿਸਾਨਾਂ ਨੂੰ ਅਜੇ ਨਹੀਂ ਸਮਝ ਸੀ, ਪਰ ਹੁਣ ਕਿਸਾਨਾਂ ਨੂੰ ਜਿਹੜੀ ਜਾਗ ਲੱਗ ਗਿਆ, ਘਰ ਜਿਵੇਂ ਕਹਿੰਦੇ ਹੁੰਦੇ ਆ ਜਾਗ ਲੱਗ ਗਿਆ, ਅਤੇ ਉਹ 'ਚੋਂ ਮੱਖਣ ਵੀ ਨਿਕਲਦਾ, ਹੁਣ ਅਸੀਂ ਮੱਖਣ ਕੱਢ ਕੇ ਵਾਪਸ ਮੁੜੇ ਹਾਂ, ਜਿਹੜਾ ਮੋਦੀ ਦੇ ਗੋਡੇ ਟੱਕਿਆ, ਸਰਕਾਰ ਜਿਹੜੀ ਕਿਸਾਨ ਦੇ ਪੈਰਾਂ 'ਚ ਡਿੱਗੀ ਆ।
ਪੂਰੇ ਪੰਜਾਬ 'ਚ ਜਸ਼ਨ ਦਾ ਮਾਹੌਲ ਆ, ਕਿਸ ਤਰ੍ਹਾਂ ਦੇਖਦੇ? ਪੂਰੇ ਕਿਸਾਨ ਆ ਜਿਹੜਾ ਜਸ਼ਨ ਦੇ ਮਾਹੌਲ ਬਣਾ ਰਹੇ ਹਾਂ। ਅਸੀਂ ਦਿੱਲੀਓਂ ਤੁਰੇ ਹਾਂ, ਸਾਡਾ ਘੱਟ ਤੋਂ ਘੱਟ 20-25 ਥਾਈਂ ਹਰਿਆਣੇ ਵਾਲੇ ਵੀਰਾਂ ਨੇ ਸਵਾਗਤ ਕਰਿਆ, ਸਾਡੇ ਵਾਸਤੇ ਲੰਗਰ ਲਾਏ। ਹੁਣ ਜਦੋਂ ਤੋਂ ਅਸੀਂ ਪੰਜਾਬ 'ਚ ਵੜੇ ਹਾਂ, ਸਾਡਾ ਪੰਜਾਬ 'ਚ ਵੀ ਸਾਡਾ ਇੱਥੇ 12 ਵਜੇ ਦਾ ਟਾਈਮ ਸੀ, ਇੱਥੇ ਵੀ ਅਸੀਂ 1.5-2 ਘੰਟਾ ਲੇਟ ਹੋ ਗਏ ਹਾਂ। ਹੁਣ ਵੀ ਅਸੀਂ ਗਾਂਹ ਟਾਈਮ 'ਤੇ ਹੀ ਬੈਠੇ ਜਾਣ ਦੀ, ਸਾਡੇ ਕੋਲ ਟਾਈਮ ਵੀ ਅੱਜ ਬਹੁਤ ਘੱਟ ਹੈ। ਇਸ ਕਰਕੇ ਬਹੁਤ ਧੰਨਵਾਦ ਆ, ਅਸੀਂ ਰਿਣੀ ਆ ਸਾਡੇ ਪੰਜਾਬ ਦੇ ਲੋਕਾਂ ਦਾ, ਭਾਰਤ ਦੇ ਲੋਕਾਂ ਦਾ, ਜਿਨ੍ਹਾਂ ਨੇ ਸਾਨੂੰ ਵੀ ਇੱਥੋਂ ਬਚਾਇਆ। ਪਰ ਅਸੀਂ ਵੀ ਜਿਹੜੀ ਲੋਕਾਂ ਦੀ ਇੱਜ਼ਤ ਬਚਾਈ ਹੈ, ਜ਼ਮੀਨ ਬਚਾਈ ਆ ਆਉਣ ਵਾਲੀ ਪੀੜ੍ਹੀ ਦੀ, ਅਸੀਂ ਧੰਨਵਾਦੀ ਹਾਂ ਸਾਡੇ ਬੱਚੇ। ਖਰਾਮਿਆਂ ਨਾਲ ਜੀ, 1 ਸਾਲ 19 ਦਿਨਾਂ ਬਾਅਦ ਤੁਸੀਂ ਵਾਪਸ ਘਰ ਪਰਤ ਰਹੇ ਹੋ, ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਜੀ ਖੁਸ਼ੀ ਬਹੁਤ ਹੈ, ਜਿੱਤ ਦੀ ਸਾਰੀ ਦੁਨੀਆਂ ਨੂੰ ਵਧਾਈ ਦੇਣੀ ਚਾਹੁੰਦਾ, ਮੇਰੀ ਜਿੱਤ ਨਹੀਂ ਲੋਕਾਂ ਦੀ, ਇੱਕੇ ਦੀ ਜਿੱਤ ਹੈ। ਤੁਸੀਂ 1 ਸਾਲ ਉੱਥੇ ਬੈਠੇ ਰਹੇ ਹੋ, ਕੀ ਤੁਹਾਨੂੰ ਉੱਥੇ ਜਿਹੜਾ ਹੈਗਾ ਮਨ 'ਚ ਬਲਬਲੇ ਉੱਠਦੇ ਸੀਗੇ, ਕਿਉਂਕਿ 1 ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ? ਨਹੀਂ ਜੀ, ਮੇਰਾ 1 ਸਾਲ ਕੀ 5 ਸਾਲ ਵੀ ਭਾਈਦਾ ਜੀ, ਮੋਦੀ ਨੂੰ ਹਰਾ ਕੇ ਆਉਣਾ ਸੀ, ਜਾਂ ਲਾਸ਼ ਆਉਣੀ ਸੀ ਜਾਂ ਜਿੱਤ ਕੇ ਆਉਣਾ ਸੀ। ਪਰਿਵਾਰ ਵੱਲੋਂ ਤੁਹਾਨੂੰ ਕੋਈ ਸੁਨੇਹ ਵੀ ਭੇਜੇ ਗਏ? ਨਹੀਂ ਜੀ, ਮੇਰਾ ਖੁਦ ਪਰਿਵਾਰ ਸਾਰਾ ਨਗਰ ਜਾਂਦਾ ਰਿਹਾ, ਬਹੁਤ ਜ਼ਿਆਦਾ ਸਹਿਯੋਗ ਰਿਹਾ ਜੀ ਨਗਰ ਦਾ। ਅੱਛਾ, ਬਠਿੰਡਾ ਦੇ ਲੋਕਾਂ ਵੱਲੋਂ ਤੁਹਾਡਾ ਸਵਾਗਤ ਕੀਤਾ? ਬਹੁਤ ਬਹੁਤ ਜ਼ਿਆਦਾ ਜੀ, ਬਠਿੰਡਾ ਗਰੁੱਪ ਵੱਲੋਂ, ਬਾਈ ਹਰਪਾਲ ਉਹਨਾਂ ਦਾ, ਜੱਸੇ ਉਹਨਾਂ ਦਾ, ਤਹਿ ਦਿਲੋਂ ਚਾਹੁੰਦੀਆਂ ਜੀ, ਧੰਨਵਾਦੀਆਂ ਮੈਂ ਜਿਨ੍ਹਾਂ ਨੇ ਮੇਰਾ ਮਾਣ ਸਨਮਾਨ ਕਰਿਆ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ, ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।